ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗਗਨਦੀਪ ਸਿੰਘ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਅੱਜ ਅਸੀਂ ਆਪ ਜੀ ਦੇ ਲਈ ਅੰਮ੍ਰਿਤਸਰ ਸ਼ਾਹੀ ਦਸਤਾਰ ਕਿਸ ਤਰੀਕੇ ਨਾਲ ਸਜਾਈਦੀ ਹੈ ਬਿਲਕੁਲ ਡਿਟੇਲ ਦੇ ਵਿੱਚ ਵੀਡੀਓ ਲੈ ਕੇ حاضر ਹੋਏ ਆਂ ਹੋਪ ਕਰਾਂਗੇ ਤੁਹਾਨੂੰ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਵੀਡੀਓ ਸਟਾਰਟ ਕਰਦੇ ਆਂ ਜਿਵੇਂ ਕਿ ਤੁਸੀਂ ਵੇਖਿਆ ਆਪਾਂ ਜਿਵੇਂ ਹਰੇਕ ਦਸਤਾਰ ਦੇ ਵਿੱਚ ਪਹਿਲਾਂ ਸਿੰਪਲ ਪੂਣੀ ਕਰ ਲੈਂਦੇ ਆਂ ਪੂਣੀ ਤੇ ਬੇਸ ਦਾ ਟਿਊਟੋਰੀਅਲ ਚੈਨਲ ਦੇ ਉੱਤੇ ਅਪਲੋਡ ਹੈ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਵੀਡੀਓ ਵੇਖ ਸਕਦੇ ਹੋ ਤੇ ਚੈਨਲ ਨੂੰ ਨਾਲ-ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਲੜਣਾ ਆਪਾਂ ਮੂੰਹ ਦੇ ਵਿੱਚ ਫੜ ਕੇ ਬੈਕ ਸਾਈਡ ਤੋਂ ਫਰੰਟ ਤੇ ਲਿਆਉਣਾ ਹੈ ਤੇ ਕਿਸ ਤਰੀਕੇ ਨਾਲ ਸਾਫ਼ ਕੀਤਾ ਉਹ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਰਹੇ ਹੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਬਹੁਤ ਹੀ ਜਿਹੜੀਆਂ ਜ਼ਰੂਰੀ ਗੱਲਾਂ ਹੁੰਦੀਆਂ ਨੇ ਉਹ ਤੁਸੀਂ ਵੀਡੀਓ ਮਿਸ ਕਰਦੇ ਨੇ ਜਦੋਂ ਸਕਿੱਪ ਕਰਦੇ ਹੋ ਤੇ ਇਹ ਵੀਡੀਓ ਜ਼ਿਆਦਾ ਲੰਬੀ ਸੀ ਇਸ ਕਰਕੇ ਥੋੜੀ ਦੇ ਵਿੱਚੋਂ ਸੀਨ ਕੱਟੇ ਨੇ ਜਿਹੜੇ ਕਿ ਜ਼ਰੂਰੀ ਨਹੀਂ ਸੀ ਤੇ ਵਿੱਚੋਂ-ਵਿੱਚੋਂ ਵੀਡੀਓ ਥੋੜੀ ਜੀ ਫਾਸਟ ਫੋਰਵਰਡ ਕੀਤੀ ਆ ਤਾਂ ਕਿ ਵੀਡੀਓ ਦੀ ਲੈਂਥ ਥੋੜੀ ਜੀ ਘੱਟ ਸਕੇ ਆਪਾਂ ਬਿਲਕੁਲ ਮੇਨ ਮੇਨ ਚੀਜ਼ਾਂ ਵਿਖਾਵਾਂਗੇ ਬਿਲਕੁਲ ਜਿਹੜੀ ਜ਼ਰੂਰੀ ਨੇ ਦਸਤਾਰ ਸਜਾਉਣ ਲਈ ਕੁਝ ਕੁ ਸੀਨ ਜਿਹੜੇ ਆਪਾਂ ਕੱਟੇ ਨੇ ਉਹਦੇ ਵਿੱਚ ਕੁਝ ਖਾਸ ਨਹੀਂ ਸੀਗਾ ਸੋ ਵੀਡੀਓ ਵਧੀਆ ਲੱਗੀ ਤਾਂ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨੈਕਸਟ ਲੜ ਜਿਹੜਾ ਲਗਾਉਣਾ ਆਪਾਂ ਬੈਕ ਸਾਈਡ ਤੋਂ ਲਿਆਉਣਾ ਪਹਿਲਾ ਲੜ ਜਿਹੜਾ ਲਗਾਇਆ ਸੀ ਉਸਦੇ ਬਿਲਕੁਲ ਨਾਲ ਲਗਾਉਣਾ ਤੇ ਫਰੰਟ ਤੇ ਲਿਆ ਕੇ ਕਿਸ ਤਰੀਕੇ ਨਾਲ ਇੱਕ ਤੋਂ ਦੋ ਲੜ ਬਣਾਉਣੇ ਨੇ ਉਹ ਵੀਡੀਓ ਵਿੱਚ ਵੇਖਿਆ ਤੁਸੀਂ ਸੈਂਟਰ ਚੋਂ ਪਿੰਚ ਕਰਨਾ ਤੇ ਥੱਲੇ ਜਿਹੜਾ ਐਕਸਟਰਾ ਕਪੜਾ ਬਚਿਆ ਉਹਨੂੰ ਦੋ ਵਾਰੀ ਫੋਲਡ ਕਰਕੇ ਆਪਣਾ ਦੂਜਾ ਲੜ ਬਣਾਉਣਾ ਤੇ ਬਾਸ ਦੀ ਮਦਦ ਨਾਲ ਬਾਸ ਸਾਫ ਸਫਾਈ ਕਰਨੀ ਆ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਨਾਲ ਆਪਣੇ ਤਿੰਨ ਲੜ ਬਣ ਗਏ ਨੇ ਪਹਿਲਾ ਲੜ ਆਪਾਂ ਸਿੰਗਲ ਲਗਾਏ ਸੀ ਦੂਜੇ ਲੜਦੇ ਆਪਾਂ ਦੋ ਲੜ ਬਣਾਏ ਨੇ ਫਰੰਟ ਸਾਈਡ ਤੋਂ ਜਿਹੜੀ ਆਪਾਂ ਦਸਤਾਰ ਨੂੰ ਦਬਾਈ ਜਾਣਾ ਤਿੱਖੀ ਨਹੀਂ ਹੋਣ ਦੇਣਾ ਜਿਆਦਾ ਫਰੰਟ ਸਾਈਡ ਤੋਂ ਕੋਸ਼ਿਸ਼ ਕਰਨਾ ਤੁਸੀਂ ਦਸਤਾਰ ਸਜਾਉਂਦੇ ਸਜਾਉਂਦੇ ਹੀ ਨਾਲ ਲੜਾਂ ਦੀ ਸਫਾਈ ਕਰਨੀ ਹੈ ਜਿੰਨੀ ਤੁਸੀਂ ਸਫਾਈ ਨਾਲ-ਨਾਲ ਕਰ ਸਕਦੇ ਹੋ ਬਾਅਦ ਵਿੱਚ ਉਸ ਤਰੀਕੇ ਨਾਲ ਸਫਾਈ ਨਹੀਂ ਹੋ ਸਕਦੀ ਬਿਲਕੁਲ ਨਾਲ-ਨਾਲ ਪਰਫੈਕਟ ਸ਼ੇਪ ਦੇ ਵਿੱਚ ਮੋਟਾਈ ਇਕ ਬਰਾਬਰ ਹੋਵੇ ਲੜਾਂ ਦੇ ਵਿੱਚ ਗੈਪ ਬਰਾਬਰ ਹੋਵੇ ਤੇ ਜਿੰਨੀ ਸਫਾਈ ਹੋਊਗੀ ਤੁਹਾਡੀ ਦਸਤਾਰ ਓਨੀ ਜਿਆਦਾ ਸੋਹਣੀ ਲੱਗੂਗੀ ਤੁਸੀਂ ਵੇਖ ਸਕਦੇ ਹੋ ਆਪਣਾ ਜਿਹੜੇ ਤਿੰਨ ਲੜ ਨੇ ਕਿੰਨੇ ਸੋਹਣੇ ਤਿੱਕੇ ਨਾਲ ਇਕੁਅਲ ਗੈਪ ਤੇ ਤੇ ਬਿਲਕੁਲ ਸਫਾਈ ਦੇ ਵਿੱਚ ਲੱਜੁਕੇ ਨੇ ਨੈਕਸਟ ਲੜ ਜਿਹੜਾ ਆਪਾਂ ਦੂਜਾ ਲੜ ਲਗਾਉਣਾ ਫਰੰਟ ਬੈਕ ਸਾਈਡ ਤੋਂ ਦੂਜਾ ਤੇ ਫਰੰਟ ਸਾਈਡ ਤੋਂ ਤੀਜਾ ਲੜ ਆ ਇਹ ਇਸ ਦਿਨ ਆਪਣੇ ਟੋਟਲ ਪੰਜ ਲੜ ਕੰਪਲੀਟ ਹੋ ਜਾਣਗੇ ਜਿੱਦਾਂ ਆਪਾਂ ਦੂਜੇ ਲੜ ਦੇ ਦੋ ਲੜ ਬਣਾਏ ਸੀ ਉਸੇ ਤਰੀਕੇ ਨਾਲ ਇਸ ਲੜ ਦੇ ਵੀ ਦੇਖੋ ਜਿੰਨਾ ਕ ਆਪਾਂ ਨੂੰ ਉੱਪਰਲੀ ਸਾਈਡ ਤੋਂ ਲੜ ਚੌੜਾ ਚਾਹੀਦਾ ਉਹਨਾਂ ਕ ਆਪਾਂ ਪਿੰਚ ਕਰਕੇ ਅੰਦਰ ਨੂੰ ਫੋਲਡ ਕਰਤਾ ਤੇ ਜਿਹੜਾ ਥੱਲੇ ਕੱਪੜਾ ਬਚਿਆ ਉਹਨੂੰ ਵੀ ਇਸ ਦੇ ਨਾਲ ਬਿਲਕੁਲ ਫੋਲਡ ਕਰ ਦੇਣਾ ਇਹ ਆਪਣਾ ਬਣ ਗਿਆ ਦੂਜਾ ਲੜ 1 2 ਤੇ ਆਪਣੇ ਕੰਪਲੀਟ ਹੋ ਚੁੱਕੇ ਨੇ ਹੁਣ ਪੰਜ ਲੜ ਇਹਨਾਂ ਲੜਾਂ ਨੂੰ ਆਪਾਂ ਬਿਲਕੁਲ ਜੋੜ ਕੇ ਲਗਾ ਦੇਣਾ ਹੈ ਤੀਸਰਾ ਲੜ ਜਿਹੜਾ ਆਪਣਾ ਬਣ ਰਿਹਾ ਲੜਾਂ ਦੇ ਵਿੱਚ ਉਸ ਦੇ ਬਿਲਕੁਲ ਨਾਲ ਹੀ ਇਸ ਲੜ ਨੂੰ ਰੱਖ ਦੇਣਾ ਤੇ ਆਪਾਂ ਬਾਜ਼ ਦੀ ਮਦਦ ਨਾਲ ਬਾਅਦ ਵਿੱਚ ਇਹਨਾਂ ਦੇ ਵਿੱਚ ਗੈਪ ਕ੍ਰੀਏਟ ਕਰਨਾ ਤੇ ਲੜਾਂ ਨੂੰ ਮੋਟਾ ਕਰਨਾ ਤੇ ਜਿਹੜਾ ਆਪਾਂ ਦਸਤਾਰ ਸਜਾਉਣ ਲਈ ਕੱਪੜਾ ਯੂਜ਼ ਕਰ ਰਹੇ ਹਾਂ ਹੈਗਾ ਰੂਬੀਆ ਦਾ 8 ਮੀਟਰ ਲੈਂਥ ਆ ਪ੍ਰੋਪਰ ਪੂਰੀ 8 ਮੀਟਰ ਦੀ ਲੈਂਥ ਆ ਰੂਬੀਆ ਦਾ ਕੱਪੜਾ ਹੈ ਬੇਸ ਦੀ ਡਿਟੇਲ ਬੇਸ ਵਾਲੀ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ ਉਸ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਜਿਹੜੀ ਪੋਣੀ ਆਪਾਂ ਕੀਤੀ ਉਹ ਬਿਲਕੁਲ ਸਿੰਪਲ ਹੈ ਕੋਈ ਖਾਸ ਪੋਣੀ ਨਹੀਂ ਹੈਗੀ ਸਿੰਪਲ ਜਿਵੇਂ ਆਪਾਂ ਕਿਸੇ ਵੀ ਦਸਤਾਰ ਲਈ ਪੋਣੀ ਕਰਦੇ ਹਾਂ ਉਸੇ ਤਰੀਕੇ ਨਾਲ ਤੁਸੀਂ ਪੋਣੀ ਕਰਨੀ ਹੈ ਬਸ ਇਸ ਨੂੰ ਬੰਨਣ ਦਾ ਤਰੀਕਾ ਹੀ ਮੈਟਰ ਕਰਦਾ ਤੁਸੀਂ ਦਸਤਾਰ ਕਿਸ ਤਰੀਕੇ ਨਾਲ ਸਜਾ ਰਹੇ ਹੋ ਤੇ ਟਾਈਮ ਜਿੰਨਾ ਤੁਸੀਂ ਜ਼ਿਆਦਾ ਟਾਈਮ ਲਗਾਓਗੇ ਉੱਡ ਹੀ ਤੁਹਾਡੀ ਦਸਤਾਰ ਦੇ ਵਿੱਚ ਸਫਾਈ ਜ਼ਿਆਦਾ ਹੋਏਗੀ ਦੇਖ ਸਕਦੇ ਹੋ ਆਪਣੇ 5 ਲੜ ਕੰਪਲੀਟ ਹੋ ਚੁੱਕੇ ਨੇ ਦਸਤਾਰ ਦੇ ਨਾਲ ਮੇਨ ਆਪਣੇ ਤਿੰਨ ਲੜ ਹੋਏ ਨੇ ਦਿਖਣ ਦੇ ਵਿੱਚ ਆਪਾਂ ਨੂੰ ਪੰਜ ਲੜ ਲੱਗਦੇ ਨੇ ਬਿਲਕੁਲ ਇੱਕ ਬਰਾਬਰ ਦੀ ਮੋਟਾਈ ਆ ਕੋਈ ਵਟ ਨਹੀਂਗਾ ਇਕੁਅਲ ਗੈਪ ਆ ਹੁਣੇ ਆਪਣਾ ਚੌਥਾ ਲੜ ਇਹਦੇ ਨਾਲ ਆਪਣੇ ਸੱਤ ਲੜ ਬਣ ਜਾਣਗੇ ਟੋਟਲ ਆਪਣੀ ਦਸਤਾਰ ਦੇ ਵਿੱਚ 10 ਲੜ ਹੋਣਗੇ ਬਾਜ ਨਾਲ ਲੜਾਂ ਦੇ ਵਿੱਚ ਗੈਪ ਬਰਾਬਰ ਕਰਨਾ ਹੈ ਤੇ ਲੜਾਂ ਨੂੰ ਮੋਟਾ ਕਰਨਾ ਤੁਸੀਂ ਦੇਖ ਸਕਦੇ ਹੋ ਮੈਂ ਹਰੇਕ ਲੜ ਬਿਲਕੁਲ ਨਾਲ ਜੋੜ ਕੇ ਰੱਖ ਰਿਹਾ ਤੇ ਬਾਜ ਦੇ ਮਦਦ ਨਾਲ ਬਾਦ ਦੇ ਵਿੱਚ ਉਹਨਾਂ ਨੂੰ ਓਪਨ ਕਰਦਾ ਤੇ ਆਪਣਾ ਜਿਹੜਾ ਸੈਂਟਰ ਪੁਆਇੰਟ ਸਾਰੇ ਲੜਾਂ ਦਾ ਇੱਕੋ ਜਗ੍ਹਾ ਤੇ ਬੰਨਣਾ ਚਾਹੀਦਾ ਤਾਂ ਹੀ ਦਸਤਾਰ ਸੋਹਣੀ ਲੱਗੇਗੀ ਕੋਸ਼ਿਸ਼ ਕਰਨੀ ਆ ਇੱਕ ਜਗ੍ਹਾ ਦੇ ਵਿੱਚੋਂ ਹੀ ਸਾਰੇ ਲੜਣ ਨਿਕਲਦੇ ਨਜ਼ਰ ਆਉਣ ਤੇ ਬੈਕ ਸਾਈਡ ਤੱਕ ਲੜਾ ਨੂੰ ਸਾਫ਼ ਕਰਨਾ ਹੈ ਤੁਸੀਂ ਬੈਕ ਸਾਈਡ ਤੋਂ ਲੜਾ ਨੂੰ ਸਾਫ਼ ਕਰਨ ਲਈ ਦੂਜਾ ਸ਼ੀਸ਼ਾ ਵੀ ਵਰਤ ਸਕਦੇ ਹੋ ਆਪਾਂ ਜਿਹੜੇ ਬੈਕ ਸਾਈਡ ਵਾਲੇ ਲੜ ਨੇ ਉਹ ਬਿਲਕੁਲ ਐਂਡ ਦੇ ਵਿੱਚ ਸਾਫ਼ ਕਰਾਂਗੇ ਨੈਕਸਟ ਲੜ ਉਸੇ ਤਰੀਕੇ ਨਾਲ ਜਿੱਦਾਂ ਆਪਾਂ ਪਹਿਲੇ ਲੜ ਲਗਾਏ ਨੇ ਉਸੇ ਤਰੀਕੇ ਨਾਲ ਇਸ ਲੜ ਨੂੰ ਵੀ ਲਗਾ ਦੇਣਾ ਇਹ ਦਸਤਾਰ ਸਜਾਉਣ ਲਈ ਕੋਈ ਖਾਸ ਟੈਕਨੀਕ ਨਹੀਂ ਮੈਟਰ ਕਰਦੀ ਸਿਰਫ ਤੁਹਾਡੀ ਪ੍ਰੈਕਟਿਸ ਜਿੰਨੀ ਤੁਹਾਡੀ ਪ੍ਰੈਕਟਿਸ ਕੀਤੀ ਹੋਊਗੀ ਉਹ ਮੈਟਰ ਕਰਦੀ ਆ ਓਨੀ ਛੇਤੀ ਤੁਸੀਂ ਦਸਤਾਰ ਸਜਾ ਸਕੋਗੇ ਕਈ ਵੀਰ ਸੋਚਦੇ ਨੇ ਆਪਾਂ ਪਹਿਲੀ ਵਾਰ ਦਸਤਾਰ ਸਜਾਵਾਂਗੇ ਤੇ ਆਪਣੀ ਦਸਤਾਰ ਦੇ ਵਿੱਚ ਪੂਰੀ ਸਫਾਈ ਆ ਜਾਗੀ ਇਦਾਂ ਕਦੇ ਨਹੀਂ ਹੁੰਦਾ ਪ੍ਰੈਕਟਿਸ ਦੇ ਨਾਲ ਹੀ ਹਰੇਕ ਚੀਜ਼ ਆਉਂਦੀ ਆ ਜਿੰਨੀ ਤੁਹਾਡੀ ਪ੍ਰੈਕਟਿਸ ਹੋਏਗੀ ਓਡੀ ਸੋਣੀ ਤੁਸੀਂ ਦਸਤਾਰ ਸਜਾ ਸਕਦੇ ਹੋ ਆਪਣੇ ਦਸਤਾਰ ਤੇ ਪੰਜ ਲੜੜ ਕੰਪਲੀਟ ਹੋ ਚੁੱਕੇ ਨੇ ਤੇ ਆਪਣੀ ਦਸਤਾਰ ਦੇ ਵਿੱਚ ਲਗਭਗ 9 ਲੜੜ ਬਣ ਗਏ ਨੇ ਲਾਸਟ ਲੜ ਤੇ ਪਹਿਲਾ ਲੜ ਹੈ ਉਹਦੇ ਆਪਾਂ ਸਿੰਗਲ ਸਿੰਗਲ ਲੜ ਲਗਾਵਾਂਗੇ ਕਿਉਂਕਿ ਇਹਨਾਂ ਦੋਨਾਂ ਲੜਾਂ ਦੇ ਵਿੱਚ ਕੱਪੜਾ ਘੱਟ ਹੁੰਦਾ ਹੈ ਜੇ ਇਹਨਾਂ ਦੇ ਆਪਾਂ ਦੋ ਲੜ ਬਣਾਵਾਂਗੇ ਤਾਂ ਪ੍ਰੋਪਰ ਮੋਟਾਈ ਨਹੀਂ ਆਉਂਦੀ ਇਸ ਕਰਕੇ ਆਪਾਂ ਪਹਿਲਾ ਲੜ ਤੇ ਲਾਸਟ ਲੜ ਜਿਹੜਾ 6ਵਾਂ ਲੜ ਹੈ ਉਹ ਸਿੰਗਲ ਲਗਾਵਾਂਗੇ ਜੇ ਕਿਸੇ ਵੀ ਨੂੰ ਕੁਝ ਨਹੀਂ ਸਮਝ ਆਉਂਦਾ ਤਾਂ ਕਮੈਂਟ ਕਰਕੇ ਪੁੱਛ ਸਕਦਾ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀ ਕਮੈਂਟਾਂ ਦੇ ਵਿੱਚ ਆਪਣੇ ਥਾਟਸ ਸ਼ੇਅਰ ਕਰ ਸਕਦੇ ਹੋ ਲਾਸਟ ਲੜ ਬਿਲਕੁਲ ਸਫਾਈ ਦੇ ਨਾਲ ਲਗਾਉਣਾ ਇਹ ਛੇਵਾਂ ਲੜਾ ਆਪਣਾ ਬਿਲਕੁਲ ਜਿੰਨੀ ਸਫਾਈ ਨਾਲ ਆਉਂਗੇ ਤੁਹਾਡੀ ਦਸਤਾਰ ਉਹ ਸੁਹਣੀ ਲੱਗੇਗੀ ਇਸੇ ਦੇ ਨਾਲ ਤੁਹਾਡੀ ਜਿਹੜੀ ਪਰਪਰ ਸਫਾਈ ਆਉਣੀ ਆ ਉਹ ਦਿਖ ਬਣਨੀ ਹੈ ਜਿਹੜੀ ਦਸਤਾਰ ਦੀ ਇਸ ਲੜ ਦੇ ਨਾਲ ਹੀ ਬਣਨੀ ਆ ਇੱਕ ਵਾਰੀ ਫੋਲਡ ਕੀਤਾ ਦੂਜੀ ਵਾਰੀ ਹਲਕਾ ਜਿਹਾ ਖਿੱਚਿਆ ਸਫਾਈ ਕੀਤੀ ਸੈਕਿੰਡ ਟਾਈਮ ਫਿਰ ਦੁਬਾਰਾ ਫੋਲਡ ਜਿਹੜਾ ਦੋ ਵਾਰੀ ਫੋਲਡ ਕਰਦੇ ਨਾਲ ਇੱਕ ਤਾਂ ਆਪਣੇ ਲੜ ਦੇ ਵਿੱਚ ਪ੍ਰੋਪਰ ਸਫਾਈ ਆ ਜਾਂਦੀ ਆ ਤੇ ਜਿਹੜੀ ਆਪਣੇ ਲੜ ਦੀ ਥੋੜੀ ਜਿਹੀ ਮੋਟਾਈ ਵੱਧ ਜਾਂਦੀ ਆ ਸਿੰਗਲ ਫੋਲਡ ਨਾਲੋਂ ਦੋ ਵਾਰੀ ਫੋਲਡ ਕਰੇ ਤੇ ਇਸ ਲੜ ਨੂੰ ਆਪਾਂ ਬਿਲਕੁਲ ਖੋਲ ਕੇ ਲਗਾਣਾ ਤਾਂ ਕਿ ਜਦੋਂ ਆਪਾਂ ਬਾਜ ਫੇਰੀਏ ਤਾਂ ਇਹ ਲੜ ਮੋਟਾ ਹੋ ਜਾਏ ਬਾਕੀ ਲੜਾਂ ਦੇ ਵਾਂਗੂ ਤੁਸੀਂ ਦੇਖ ਸਕਦੇ ਹੋ ਹੁਣ ਬਿਲਕੁਲ ਪਤਲਾ ਲੜ ਹੁਣ ਆਪਾਂ ਬਾਜ ਮਾਰਾਂਗੇ ਬਾਕੀ ਲੜਾਂ ਵਾਂਗ ਇਹ ਲੜ ਵੀ ਮੋਟਾਈ ਦੇ ਵਿੱਚ ਆ ਜਾਏਗਾ 3D ਲੁੱਕ ਦੇ ਵਿੱਚ ਆ ਜਾਏਗਾ ਬਾਅਦ ਵਿੱਚ ਆਪਾਂ ਲੜਾਂ ਨੂੰ ਪਿੰਚ ਕਰਕੇ ਹੋਰ 3D ਲੁੱਕ ਦਵਾਂਗੇ ਮੋٹے ਲੜਾਂ ਦਾ ਇਦਾਂ ਹੈ ਕਿ ਆਪਣੇ ਬਿਲਕੁਲ ਦੂਰੋਂ ਹੀ ਦਿਖ ਬਣਦੀ ਹੈ ਕਿ ਹਾਂ ਲੜ ਲਗਾਏ ਹੋਏ ਨੇ ਬਿਲਕੁਲ ਸਫਾਈ ਦੇ ਵਿੱਚ ਜਦੋਂ ਲੜ ਮੋਟਾ ਹੁੰਦਾ ਆਪਣੀ ਲਗਭਗ ਦਸਤਾਰ ਕੰਪਲੀਟ ਹੋ ਚੁੱਕੀ ਹੈ ਆਪਣੇ 6 ਲੜ ਲੱਗ ਚੁੱਕੇ ਨੇ ਲਾਸਟ ਕਲਗੀ ਵਾਲਾ ਲੜ ਤੇ ਸਿਰ ਕਵਰ ਕਰਨਾ ਰਹਿ ਗਿਆ ਹੁਣ ਆਪਣਾ ਜਿਹੜਾ ਸੈਂਟਰ ਆਪਾਂ ਉਹ ਸੈੱਟ ਕਰਾਂਗੇ ਦਸਤਾਰ ਦਾ ਸਾਰੇ ਲੜਾਂ ਨੂੰ ਇੱਕੋ ਜਗ੍ਹਾ ਤੇ ਟਾਈਟ ਕਰਾਂਗੇ ਫਰੰਟ ਸਾਈਡ ਤੇ ਬਿਲਕੁਲ ਇੱਕ ਇੱਕ ਨੋਕ ਤੇ ਆਪਾਂ ਸਾਰੇ ਲੜ ਲਗਾਉਣੇ ਨੇ ਕੱਲਾ ਕੱਲਾ ਲੜ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਮੈਂ ਸੈੱਟ ਕਰ ਰਿਆ ਇਹ ਵੀਡੀਓ ਜਿਹੜੀ ਆਪਾਂ ਸ਼ੂਟ ਕੀਤੀ ਆ ਬਿਲਕੁਲ ਪ੍ਰੋਪਰ ਵੇ ਦੇ ਵਿੱਚ ਮੈਂ ਦਸਤਾਰ ਸਜਾਈ ਆ ਜਿਵੇਂ ਮੈਂ ਖੁਦ ਦਸਤਾਰ ਸਜਾਉਣਾ ਕੋਈ ਕਮੀ ਨਹੀਂ ਛੱਡੀ ਹੈਗੀ ਜਿੰਨੀ ਕੁ ਮੈਂ ਸਜਾਉਣਾ ਸਜਾ ਸਕਦਾ ਸੀਗਾ ਉੰਨੀ ਕੁ ਸਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜੇ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਹੈ ਦੇਖ ਸਕਦੋਂ ਤੁਸੀਂ ਦਸਤਾਰ ਦੀ ਸ਼ੇਪ ਕਿੰਨੀ ਸੋਹਣੀ ਆਈ ਆ ਬਿਲਕੁਲ ਪ੍ਰੋਪਰ ਸ਼ੇਪ ਆਈ ਆ ਹੁਣ ਥੋੜੀ ਜੀ ਸਫਾਈ ਜਿੰਨੀ ਤੁਸੀਂ ਸਫਾਈ ਕਰੋਗੇ ਉਡੀ ਤੁਹਾਡੀ ਦਸਤਾਰ ਸੋਹਣੀ ਲੱਗਣੀ ਆ ਸੋ ਸਫਾਈ ਵੱਲ ਮੈਂ ਜ਼ਿਆਦਾ ਧਿਆਨ ਦੇ ਰਿਹਾ ਹੁਣ ਆਪਾਂ ਲਗਾਉਣਾ ਹੈ ਕਲਗੀ ਵਾਲਾ ਲੜ ਥੋੜਾ ਜਿਹਾ ਲੜ ਹੀ ਲੰਬਾ ਆਇਆ ਸੀ ਇਸ ਕਰਕੇ ਥੋੜਾ ਜਿਹਾ ਲੜ ਲਗਾਉਣ ਲੱਗੇ ਟਾਈਮ ਜ਼ਿਆਦਾ ਲੱਗੇਗਾ ਲੜ ਦੇਖ ਸਕਦੇ ਹੋ ਤੁਸੀਂ ਕਾਫੀ ਲੰਬਾ ਆ ਗਿਆ ਪਰ ਫਿਰ ਵੀ ਆਪਾਂ ਥੋੜਾ ਜਿਹਾ ਲੜ ਨੂੰ ਨਾ ਗਿੱਲਾ ਕਰਕੇ ਫਿਰ ਵਧੀਆ ਲੱਗ ਜਾਂਦਾ ਗਿੱਲਾ ਕਰਾਂਗੇ ਥੋੜਾ ਜਿਹਾ ਲੜ ਨੂੰ ਫਿਰ ਲਗਾਵਾਂਗੇ ਲੜ ਬਿਲਕੁਲ ਸੈੱਟ ਕਰ ਲਿਆ ਬਿਲਕੁਲ ਸਾਫ ਕਰ ਲਿਆ ਚੰਗੀ ਤਰ੍ਹਾਂ ਸਫਾਈ ਕਰਦੇ ਨੇ ਬਿਲਕੁਲ ਪਲੇਨ ਕਰਦੇ ਨੇ ਲੜ ਨੂੰ ਹੁਣ ਆਪਾਂ ਲੜ ਨੂੰ ਹਲਕਾ ਜਿਹਾ ਗਿੱਲਾ ਕਰ ਲਿਆ ਵੇਖ ਸਕਦੇ ਹੋ ਫਰੰਟ ਸਾਈਡ ਤੋਂ ਜਿੱਥੇ ਆਪਾਂ ਮੋੜਨਾ ਹੈ ਉੱਥੋਂ ਬਿਲਕੁਲ ਨੱਕ ਦੀ ਸਿੱਧੇ ਵਿੱਚ ਲੜ ਨੂੰ ਟਵਿਸਟ ਕਰ ਦੇਣਾ ਅੰਦਰਲੀ ਸਾਈਡ ਨੂੰ ਫਿਰ ਟਵਿਸਟ ਕਰਨ ਤੋਂ ਬਾਅਦ ਉਸ ਜਗ੍ਹਾ ਤੇ ਪਿੰਨ ਲਾ ਦੇਣੀ ਹੈ ਤਾਂ ਕਿ ਲੜ ਉਸ ਜਗ੍ਹਾ ਤੋਂ ਖਿਸਕੇ ਨਾ ਬਾਜ ਫ ਮਾਰ ਦੇਣਾ ਲੜਨ ਦੇ ਵਿੱਚ ਤਾਂ ਕਿ ਜਿਹੜੇ ਵੱਟ ਨੇ ਉਹ ਸਾਫ਼ ਹੋ ਜਾਣ ਕੁਮਾਕੀ ਹਲਕਾ ਇਹ ਲੜਨ ਨੂੰ ਖੋਲ ਦੇਣਾ ਵੀ ਸ਼ੇਪ ਬਣਾ ਦੇਣੀ ਹੈ ਉੱਪਰਲੀ ਸਾਈਡ 'ਤੇ ਪਿੰਨਾ ਲਗਾ ਦੇਣੀਆਂ ਨੇ ਤਾਂ ਕਿ ਲੜਬਾਦ ਦੇ ਵਿੱਚ ਹੱਥ ਵਗੈਰਾ ਲੱਗਣ ਤੇ ਖੁੱਲੇ ਨਾ ਢਿੱਲਾ ਨਾ ਹੋਵੇ ਤੁਸੀਂ ਤਿੰਨ ਤੋਂ ਚਾਰ ਪਿੰਨਾ ਲਗਾ ਸਕਦੇ ਹੋ ਉੱਪਰਲੀ ਸਾਈਡ ਤੇ ਜ਼ਿਆਦਾ ਨਹੀਂ ਲੋੜ ਮੈਂ ਤਿੰਨ ਜਾਂ ਚਾਰ ਪਿੰਨਾ ਹੀ ਲਗਾਉਣਾ ਉੱਪਰਲੀ ਸਾਈਡ ਤੇ ਵਧੀਆ ਲੜੋਦ ਨਾਲ ਟਿਕ ਜਾਂਦਾ ਦਸਤਾਰ ਦੀ ਸ਼ੇਪ ਕਿਦਾਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਪਿੰਨਾ ਇੱਕ ਵਾਰੀ ਤੁਹਾਨੂੰ ਦੁਆਰਾ ਲਗਾ ਕੇ ਦਿਖਾਉਨੇ ਆ ਬਾਹਰ ਕੱਢ ਕੇ ਬਿਲਕੁਲ ਟੇਢੀ ਕਰਕੇ ਲਗਾਉਣੀ ਹੈ ਦੇਖ ਸਕਤੋਂ ਕਿਸ ਤਰੀਕੇ ਨਾਲ ਇਸਦੇ ਨਾਲ ਬਿਲਕੁਲ ਲੜ ਆਪਣਾ ਪ੍ਰੋਪਰ ਟਿਕ ਜਾਂਦਾ ਹੈ ਤੇ ਇਸ ਦਸਤਾਰ ਨੂੰ ਸਜਾਉਣ ਲਈ ਆਪਾਂ ਜਿੰਨਾ ਬਾਜ ਵਰਤ ਸਕਦੇ ਹੋ ਕੋਸ਼ਿਸ਼ ਕਰੋ ਬਾਤ ਤੋਂ ਬਾਤ ਬਾਜ ਵਰਤੀਏ ਤਾਂ ਹੀ ਸਫਾਈ ਦਸਤਾਰ ਦੇ ਵਿੱਚ ਪ੍ਰੋਪਰ ਆਏਗੀ ਬੈਕ ਸਾਈਡ ਤੋਂ ਲੜਾਂ ਨੂੰ ਸਾਫ਼ ਕਰਾਂਗੇ ਦੂਜੇ ਸ਼ੀਸ਼ੇ ਦੀ ਮਦਦ ਨਾਲ ਜਿਵੇਂ ਮੈਂ ਪਹਿਲਾਂ ਕਿਹਾ ਸੀ ਤੁਸੀਂ ਬੈਕ ਸਾਈਡ ਦੇ ਲੜ ਜੇ ਸਾਫ਼ ਕਰਨੇ ਨੇ ਤਾਂ ਮਿਰਰ ਦੂਜਾ ਯੂਜ਼ ਕਰ ਸਕਦੇ ਹੋ ਦੂਜਾ ਮਿਰਰ ਯੂਜ਼ ਕਰਨ ਦੇ ਨਾਲ ਆਪਣੀ ਬਿਲਕੁਲ ਆਪਾਂ ਬਰੀਕੀ ਦੇ ਵਿੱਚ ਬੈਕਸਾਈਡ ਤੋਂ ਦਸਤਾਰ ਸਾਫ਼ ਕਰ ਸਕਦੇ ਹਾਂ ਲੜਾ ਨੂੰ ਇਸ ਤਰ੍ਹਾਂ ਆਪਣੀ ਲੜਜੂ ਦਾ ਆਪਾਂ ਬੈਕਸਾਈਡ ਤੋਂ ਕੋਈ ਵੀ ਵੇਖਦਾ ਹੈ ਤਾਂ ਬਿਲਕੁਲ ਅੱਗੋਂ ਦੀ ਬਿਲਕੁਲ ਪ੍ਰੋਪਰ ਪਿੱਛੇ ਤੱਕ ਸਾਫ਼ ਹੁੰਦੇ ਨੇ ਤੇ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਹੁਣ ਆਪਾਂ ਲੜਾ ਨੂੰ 3D ਕਰਨ ਲੱਗੇ ਆਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬਿਲਕੁਲ ਲੜ ਨੂੰ ਫਰੰਟ ਤੋਂ ਸਟਾਰਟ ਕਰਨਾ ਹੈ ਤੇ ਬਿਲਕੁਲ ਲੜ ਦੇ ਐਂਡ ਤੱਕ ਲੜ ਨੂੰ ਪਿੰਚ ਕਰਨਾ ਹੈ ਤਾਂ ਕਿ ਜਿਹੜੇ ਆਪਣੇ ਲੜਨੇ ਬਿਲਕੁਲ ਫਰੰਟ ਸਾਈਡ ਤੋਂ ਐਂਡ ਤੱਕ ਪ੍ਰੋਪਰਲੀ 3D ਲੁੱਕ ਦੇ ਵਿੱਚ ਹੋਣ ਕਈਆਂ ਵੀਰਾਂ ਦੇ ਲੜ ਅੱਤੇ ਫਰੰਟ ਤੋਂ ਦਾ 3D ਹੁੰਦੇ ਨੇ ਜਿੱਥੇ ਤੱਕ ਸ਼ੀਸ਼ੇ ਦੇ ਵਿੱਚ ਦਿਖ ਰਿਹਾ ਹੁੰਦਾ ਤੇ ਬੈਕ ਸਾਈਡ ਤੋਂ ਲੜ ਨੂੰ 3D ਨਹੀਂ ਕਰਦੇ ਹੈਗੇ ਸੋ ਪਿੱਛੇ ਤੱਕ 3D ਜ਼ਰੂਰ ਕਰਿਆ ਕਰੋ ਤਾਂ ਹੀ ਲੜ ਦੇਖਣ ਦੇ ਵਿੱਚ ਸੋਹਣਾ ਲੱਗਦਾ ਦੇਖ ਸਕਦੇ ਹੋ ਬਿਲਕੁਲ ਫਰੰਟ ਤੋਂ ਸ਼ੁਰੂ ਕਰਦੇ ਆ ਬਿਲਕੁਲ ਲਾਸਟ ਟਰੱਕ ਆਪਾਂ ਪਿੰਚ ਕਰਨਾ ਹੈ ਪ੍ਰੋਪਰ ਇੱਕ ਲੜ ਨੂੰ 2 ਜਾਂ 3 ਵਾਰੀ ਪਿੰਚ ਕਰਨਾ ਹੈ ਤਾਂ ਹੀ ਆਪਣੇ ਲੜ ਖੜੇ ਰਹਿਣਗੇ ਜਿਆਦਾ ਟਾਈਮ ਹੁਣ ਆਪਾਂ ਲੜਾਂ ਨੂੰ 3D ਲੁੱਕ ਦੇ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਪਿੰਚ ਕਰਕੇ ਆਪਾਂ ਲੜਾਂ ਨੂੰ 3D ਕਰਨਾ ਚੰਗੀ ਤਰ੍ਹਾਂ ਇੱਕ ਇੱਕ ਲੜ ਨੂੰ ਦੋ ਦੋ ਵਾਰੀ ਪਿੰਚ ਕਰਿਓ ਤਾਂ ਹੀ ਤੁਹਾਡੀ 3D ਲੁੱਕ ਵਧੀਆ ਬਣੇਗੀ ਜਿੰਨਾ ਪਿੰਚ ਕਰੋਗੇ ਉਹਨੇ ਤੁਹਾਡੇ ਲੜ 3D ਹੋਣਗੇ ਦੇਖ ਸਕਦੇ ਹੋ ਦਸਤਾਰ ਦੀ ਕਿੰਨੀ ਸੋਹਣੀ ਲੁੱਕ ਬਣ ਗਈ ਆ 3D ਕਰਨ ਤੋਂ ਬਾਅਦ ਜਿਹੜੇ ਲੜ ਨੇ ਬਹੁਤ ਸੋਹਣੇ ਲੱਗਣ ਲੱਗ ਜਾਂਦੇ ਨੇ ਦੇਖ ਰਹੇ ਹੋ ਤੁਸੀਂ ਜਿਵੇਂ ਕੱਟ ਕੇ ਕਿਸੇ ਤਰੀਕੇ ਨਾਲ ਆਪਾਂ ਲੜ ਲਗਾਏ ਹੁੰਦੇ ਨੇ ਉਸ ਤਰੀਕੇ ਨਾਲ ਲੱਗ ਰਹੇ ਨੇ ਲੜਾਂ ਤੇ ਆਪਾਂ ਉੱਪਰ ਕੋਈ ਚੀਜ਼ ਨਹੀਂ ਲਗਾਇਆ ਹੈਗਾ ਸਿੰਪਲ ਲੜ ਨੇ ਪੱਕ ਗਿੱਲੀ ਵੀ ਨਹੀਂ ਕੀਤੀ ਸੁੱਕੀ ਬਗਵੰਨੀ ਆਪਾਂ ਇਹਨਾਂ ਨੂੰ ਬਸ 2-3 ਵਾਰੀ ਪਿੰਚ ਕਰਿਆ ਕਰੋ ਤੁਹਾਡੇ ਲੜ ਵੀ ਇਸੇ ਤਰੀਕੇ ਨਾਲ 3D ਹੋ ਜਾਣਗੇ ਜਿਹੜਾ ਪਿੰਚ ਆਪਾਂ ਥੋੜਾ ਜਿਹਾ ਜ਼ੋਰ ਦੀ ਦੱਬਣਾ ਤਾਂ ਕਿ ਲੜ ਇੱਕ ਜਗ੍ਹਾ ਤੇ ਟਿਕ ਜਾਵੇ ਬਾਅਦ ਵਿੱਚ ਢਿੱਲਾ ਨਾ ਹੋਵੇ ਲਗਭਗ ਆਪਣੀ ਦਸਤਾਰ ਕੰਪਲੀਟ ਹੋ ਚੁੱਕੀ ਹੈ ਬੈਕ ਸਾਈਡ ਤੋਂ ਵੀ ਆਪਾਂ ਲਾਲ ਸਾਫ਼ ਕਰ ਲੈਨੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਵਧੀਆ ਤੋਂ ਵਧੀਆ ਵੀਡੀਓਜ਼ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ